ਕੈਨੇਡਾ ਦੇ ਵਿੱਚ ਆਪ ਆਗੂ ਦੇ ਮੁੰਡੇ ਦੀ ਮੌਤ ਹੋ ਗਈ ਹੈ। ਵੱਡੀ ਖਬਰ ਹੈ ਇਸ ਵੇਲੇ ਦੀ ਤੇ ਮੰਦਭਾਗੀ ਖਬਰ ਹੈ। ਦੱਸ ਦਈਏ ਕਿ ਸਟੱਡੀ ਵੀਜ਼ਾ ਤੇ ਬਾਹਰ ਗਿਆ ਸੀ ਆਪ ਆਗੂ ਦਾ ਮੁੰਡਾ ਤੇ ਉਸਦੀ ਅੱਜ ਮੌਤ ਹੋ ਗਈ ਹੈ। ਟਾਂਡਾ ਉੜਮੁੜ ਦਾ ਰਹਿਣ ਵਾਲਾ ਸੀ ਨੌਜਵਾਨ, ਜਿਸ ਦੀ ਹੈ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ। ਤਾਂ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ। ਮ੍ਰਿਤਕ ਦਾ ਨਾਮ ਰਾਜਾ ਅੰਮ੍ਰਿਤ ਦੱਸਿਆ ਜਾ ਰਿਹਾ ਹੈ ਤੇ ਆਪ ਆਗੂ ਦਾ ਮੁੰਡਾ ਸੀ ਮ੍ਰਿਤਕ ਰਾਜਾ ਅੰਮ੍ਰਿਤ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਜਾ ਸੁਖਵਿੰਦਰ ਸਿੰਘ ਦੇ 22 ਸਾਲਾਂ ਮੁੰਡਾ ਜਿਸਦਾ ਨਾਮ ਰਾਜਾ ਅੰਮ੍ਰਿਤ ਸਿੰਘ ਹੈ, ਜੋ ਕਿ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ, ਕੈਨੇਡਾ ਦੇ ਮੋਂਟਰੀਆਲ ਸਿਟੀ ਦੇ ਵਿੱਚ ਰਹਿੰਦਾ ਸੀ, ਉਸਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ। ਦੱਸ ਦਈਏ ਕਿ ਪੜ੍ਹਾਈ ਦੇ ਨਾਲ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰ ਰਿਹਾ ਸੀ ਮ੍ਰਿਤਕ ਰਾਜਾ ਅੰਮ੍ਰਿਤ, ਜਿਸ ਦੀ ਕਿ ਹੁਣ ਮੌਤ ਹੋ ਗਈ ਹੈ। ਪੂਰੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਕਿਉਂਕਿ ਪਿਤਾ ਦਾ ਕਾਫੀ ਨਾਮ ਸੀ ਸ਼ਹਿਰ ਦੇ ਵਿੱਚ ਤੇ ਮੁੰਡਾ ਵੀ ਅੱਗਿਓਂ ਕਾਫੀ ਚੰਗਾ ਆਪਣਾ ਭਵਿੱਖ ਬਣਾਉਣ ਦੇ ਲਈ ਕੈਨੇਡਾ ਗਿਆ ਸੀ। ਉੱਥੇ ਪੜ੍ਹਾਈ ਦੇ ਨਾਲ ਨਾਲ ਪਾਇਲਟ ਬਣਨ ਦੀ ਟ੍ਰੇਨਿੰਗ ਵੀ ਲੈ ਰਿਹਾ ਸੀ। ਤਾਂ ਬੀਤੇ ਦਿਨ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ। ਤਾਂ ਮੰਦਭਾਗੀ ਖਬਰ ਹੈ, ਆਪ ਆਗੂ ਦੇ ਮੁੰਡੇ ਦੀ ਮੌਤ ਹੋ ਗਈ ਹੈ, ਉਹ ਵੀ ਕੈਨੇਡਾ ਦੇ ਵਿੱਚ, ਕੈਨੇਡਾ ਦੇ ਮੋਂਟਰੀਆਲ ਸਿਟੀ ਦੇ ਵਿੱਚ ਰਹਿੰਦਾ ਸੀ, ਸਟੱਡੀ ਵੀਜ਼ੇ ਦੇ ਲਈ ਬਾਹਰ ਗਿਆ ਸੀ। ਤਾਂ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਕਿਵੇਂ ਸੱਥਰ ਵਿੱਚ ਚੁੱਕੇ ਨੇ, ਪਰਿਵਾਰ ਸਦਮੇ ਦੇ ਵਿੱਚ। ਕੀ ਗੱਲ ਹੋਈ ਉਹਨੂੰ ਉੱਥੇ? ਡੈਥ ਹੋ ਗਈ ਉੱਧਰ ਤੇ ਪਤਾ ਲੱਗ ਗਿਆ ਸੀ, ਉਹ ਫੋਨ ਆ ਗਿਆ ਸੀ ਅਤੇ ਆਣ ਕੇ ਦੱਸ ਦਿੱਤਾ ਸੀ ਉਹਨਾਂ ਨੇ ਜਦੋਂ ਤਾਂ। ਕੀ ਗੱਲ ਕੀ ਹੋਈ ਉਹਨੂੰ ਉੱਥੇ? ਬਿਮਾਰ ਸੀ ਉਦੋਂ। ਕਦੋਂ ਪਤਾ ਲੱਗਾ? ਸਵੇਰੇ ਪਤਾ ਲੱਗਾ, ਅੱਜ ਸਿਰ ਪਤਾ ਲੱਗਾ ਹੈ। ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ, 4 ਸਾਲ ਹੋ ਗਏ ਸੀ, ਪਾਇਲਟ ਦੀ ਪੜ੍ਹਾਈ ਕਰ ਰਿਹਾ ਸੀ। ਕੱਲ੍ਹ ਬੀਤੇ ਦਿਨ ਉਹਦੀ ਕੱਲ੍ਹ ਡੈਥ ਹੋ ਗਈ, ਸਾਇਲੈਂਟ ਅਟੈਕ ਹੋਣ ਦੇ ਨਾਲ ਬੱਚੇ ਦੀ ਡੈਥ ਹੋ ਗਈ। ਹਰੇਕ ਮਾਂ ਬਾਪ ਨੂੰ ਬੜਾ ਚਾਅ ਹੁੰਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ, ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ, ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਈਏ। ਬਹੁਤ ਹੀ ਮੰਦਭਾਗੀ ਇਹ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ, ਜਿਹੜੀ ਕਿ ਸਾਰੇ ਇਲਾਕੇ ਨੇ ਝੰਜੋੜ ਕੇ ਰੱਖ ਦਿੱਤਾ ਖਬਰ। ਰਾਜਾ ਅੰਮ੍ਰਿਤ ਸਿੰਘ 4 ਸਾਲ ਤੋਂ ਕੈਨੇਡਾ ਗਿਆ ਹੋਇਆ ਸੀ, ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰਦਾ ਸੀਗਾ। ਕੱਲ੍ਹ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ।